ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅਸਲਾਮ ਅਲੈਕਮ ਮੈਂ ਹਾਂ ਤੁਹਾਡਾ ਦੋਸਤ ਪਰਵੇਜ਼ ਬਟ ਇਸ ਟਾਈਮ ਮੈਂ ਖੜਾ ਜੀ ਪਿੰਡ ਸਰੀ ਜੋ ਕਿ ਹਲਕਾ ਨਕੋਦਰ ਦਾ ਪਿੰਡ ਹੈ ਜੀ ਇੱਥੇ ਅਤੇ ਤੁਸੀਂ ਦੇਖ ਸਕਦੇ ਜੀ ਇੱਥੇ ਆਪਾਂ ਮੈਡਮ ਬੀ ਐਲ ਓ ਜੀ ਦੇ ਨਾਲ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਅਕਵਿੰਦਰ ਕੁਮਾਰ ਜੀ ਅਕਵਿੰਦਰ ਕੁਮਾਰ ਜੀ ਇਹ ਇੱਥੇ ਲਗਭਗ ਕਿੰਨੀ ਕੁ ਵੋਟ ਹੈ ਜੀ ਸਾਡੀ ਇੱਥੇ ਟੋਟਲ ਵੋਟ 957 ਹੈ 957 ਤੇ ਕਿੰਨੇ ਬੂਥ ਬਣੇ ਜੀ ਪਿੰਡ ਸਾਡੇ 3 ਤਿੰਨ ਹਾਂ ਤਿੰਨਾਂ ਬੂਥਾਂ ਤੇ ਸਾਡੀ ਕੁੱਲ ਮਿਲਾ ਕੇ ਲਗਭਗ 3000 ਦੇ 3000 ਲਗਭਗ ਹੈ ਜੀ ਕਿੰਨੇ ਕੁ ਵੋਟ ਲਗਭਗ ਹੋ ਪੈ ਚੁੱਕੀ ਹੈ ਜੀ ਸਾਡੇ 135 ਨੰਬਰ ਬੂਥ ਤੇ ਸਾਡੀ ਕਰੀਬ 700 ਵੋਟ ਪੈ ਚੁੱਕੀ 700 ਵੋਟ ਪੈ ਚੁੱਕੀ ਹੈ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਇਹ ਵਧੀਆ ਤਰੀਕੇ ਦੇ ਨਾਲ ਸਾਰਾ ਸਮਾਂ ਚੱਲ ਰਿਹਾ ਸ਼ਾਂਤਮਈ ਤਰੀਕੇ कोई प्रॉब्लम नहीं नहीं बिल्कुल नहीं धन्यवाद जी ਤੁਹਾਡਾ ਬਹੁਤ ਬਹੁਤ ਇਸ ਲਈ BLO ਆਪਣੇ ਪਿੰਡ ਸਰੀ ਦੇ ਵਿੱਚ 157 ਨੰਬਰ ਬੂਥ 135 ਨੰਬਰ ਬੂਥ ਦੇ BLO ਮੈਡਮ ਸੀਗੇ ਜੀ ਉਹਨਾਂ ਨੇ ਦੱਸਿਆ ਵੀ ਪਿੰਡ ਸਰੀ ਦੇ ਵਿੱਚ ਜਿਹੜਾ ਇਹ ਬੂਥ ਬਣਿਆ ਜੀ ਔਰ ਵਧੀਆ ਤਰੀਕੇ ਦੇ ਨਾਲ ਸਵੇਰ ਤੋਂ ਹੁਣ ਤੱਕ 5:30 ਹੋ ਚੁੱਕੇ ਆ ਪਿੰਡ ਸਰੀ ਦੇ ਵੋਟਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਨਾਮ ਸ਼ਰਨਜੀਤ ਸਿੰਘ ਹੈ ਜੀ ਸ਼ਰਨਜੀਤ ਸਿੰਘ ਇਸੇ ਪਿੰਡ ਦੇ ਵਸਨੀਕ ਹੈ ਜੀ ਵੋਟ ਪਾਤੀ ਕਿ ਪੌੜੀ ਜੀ ਬਿਲਕੁਲ ਜੀ ਅਸੀਂ ਵੋਟ ਪਾ ਕੇ ਆਏ ਆ ਜੀ ਅਸੀਂ ਆਪਣਾ ਹੱਕ ਜਿਹੜਾ ਆ ਉਹ ਪੂਰੀ ਤਰ੍ਹਾਂ ਅਦਾ ਕਰਕੇ ਚੱਲੇ ਆ ਜੀ ਅੱਛਾ ਜੀ ਤੁਸੀਂ ਕਿਹੜੇ ਕਿਹੜੇ ਮੁੱਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਸੋਚੇ ਵੀ ਆ ਜਿਹੜੇ ਮੁੱਦੇ ਹੋਣੇ ਚਾਹੀਦੇ ਆ ਇਸ ਕਰਕੇ ਅਸੀਂ ਵੋਟ ਜਿਹੜੀ ਆ ਜਿਹਨੂੰ ਵੀ ਪਾਈ ਆ ਉਹਨੂੰ ਪਾਈ ਜੀ ਜੋ ਵੀ ਕੈਂਡੀਡੇਟ ਖੜਾ ਹੋਣਾ ਚਾਹੀਦਾ ਸਾਰਿਆਂ ਦੇ ਪਹਿਲਾਂ ਹੈਲਥ ਤੇ ਐਜੂਕੇਸ਼ਨ ਇਹ ਸਾਰਿਆਂ ਨੂੰ ਚੀਜ਼ ਮਸਟ ਹੈ ਬਾਕੀ ਸਾਰੀਆਂ ਚੀਜ਼ਾਂ ਬਾਅਦ ਵਿੱਚ ਹੈ ਕੋਈ ਵੀ ਕੈਂਡੀਡੇਟ ਖੜਾ ਹੁੰਦਾ ਹੈ ਜ਼ਰੂਰ ਉਹਨੂੰ ਹੈਲਥ ਅਤੇ ਐਜੂਕੇਸ਼ਨ 'ਤੇ ਫੋਕਸ ਕਰਨਾ ਚਾਹੀਦਾ ਤਾਂ ਕਿ ਸਾਡਾ ਆਉਣ ਵਾਲਾ ਫਿਊਚਰ ਇਹਨਾਂ ਤੁਸੀਂ ਜਾਣੀ ਕਿ ਇਹ ਚੀਜ਼ ਜਿਹੜੋ ਵੀ ਵੋਟ ਪਾਈ ਹੈ ਤੁਸੀਂ ਇਹ ਸੋਚਿਆ ਵੀ ਉਹ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੈਲਥ ਅਤੇ ਐਜੂਕੇਸ਼ਨ ਜਿਹੜੀ ਉਹ ਵਧੀਆ ਲਿਆਉਣਗੇ ਜੀ 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 ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂਜੀ ਹੁਣ ਆਪਾਂ ਗੱਲਬਾਤ ਕਰਦੇ ਜੀ ਇੱਕ ਹੋਰ ਵੋਟਰ ਸਾਡੇ ਕੋਲ ਆ ਜੀ ਪਿੰਡ ਸਰੀ ਦੇ ਕੀ ਨਾਮ ਜੀ ਤੁਹਾਡਾ ਸੰਦੀਪ ਕੁਮਾਰ ਸੰਦੀਪ ਕੁਮਾਰ ਸੰਦੀਪ ਕੁਮਾਰ ਜੀ ਪਿੰਡ ਸਰੀ ਦੇ ਹੀ ਆ ਜੀ ਬਿਲਕੁਲ ਹਾਂਜੀ ਤੇ ਵੋਟ ਜਿਹੜੀ ਪਾਉਣੀ ਹੈ ਕਿ ਪਾ ਚੁੱਕੇ ਜੀ ਪਾ ਚੁੱਕੇ ਜੀ ਪਾ ਚੁੱਕੇ ਹਾਂਜੀ ਕਿਹੜੇ ਕਿਹੜੇ ਮੁੱਦੇ ਆ ਜੀ ਤੁਸੀਂ ਜਿਹੜਾ ਤੁਸੀਂ ਸੋਚਦੇ ਆ ਵੀ ਇਹ ਮੁੱਦੇ ਆ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਇਸ ਚੀਜ਼ ਇਸ ਮੁੱਦੇ ਦੇ ਕਰਕੇ ਵੀ ਇਹ ਮੁੱਦਿਆਂ ਨੂੰ ਜਿਹੜੀ ਇਹ ਗੱਲਾਂ ਨੂੰ ਜਿਹੜੀ ਸਰਕਾਰ ਆ ਉਹ ਵਧੀਆ ਕਰੂਗੀ ਕਿਹੜੇ ਕਿਹੜੇ ਇੱਦਾਂ ਦੇ ਮੁੱਦੇ ਆ ਜਿਹੜੇ ਸੋਚ ਕੇ ਤੁਸੀਂ ਵੋਟ ਪਾਈ ਹੈ ਹਾਂਜੀ ਸਾਡੇ ਸਰਕਾਰੀ ਸਕੂਲਾਂ ਦੀ ਆਪਣੀ ਐਜੂਕੇਸ਼ਨ ਹੈ ਜਿਹੜੀ ਹਾਂਜੀ ਸਾਡਾ ਮੇਨ ਮੁੱਦਾ ਇਹ ਵਧੀਆ ਹੋਣੀ ਚਾਹੀਦੀ ਹੈ ਹਾਂਜੀ ਸਰਕਾਰੀ ਸਾਡੀ ਜੋ ਐਜੂਕੇਸ਼ਨ ਜਿਹੜੀ ਵਧੀਆ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਗੱਲਬਾਤ ਕਰਨ ਦੇ ਲਈ ਕ੍ਰਿਸ਼ਨ ਜੀ ਪਿੰਡ ਸਰੀਰ ਤੋਂ ਵੋਟਰ ਕੀ ਨਾਮ ਜੀ ਤੁਹਾਡਾ ਸੰਦੀਪ ਕੁਮਾਰ ਜੀ ਧੰਨਵਾਦ ਜੀ ਬਹੁਤ ਬਹੁਤ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਲਖਵੀਰ ਸਿੰਘ ਲਖਵੀਰ ਸਿੰਘ ਇਸੇ ਪਿੰਡ ਤੋਂ ਹੈ ਜੀ ਅੱਛਾ ਜੀ ਜਿਹੜੀ ਵੋਟ ਹੈ ਪਾਰਟੀ ਦੀ ਹੋ ਰਹੀ ਹੈ ਵੋਟ ਪਾਰਟੀ ਪਾਰਟੀ ਕਿਹੜੇ ਕਿਹੜੇ ਮੁੱਦੇ ਸੋਚ ਕੇ ਤੁਸੀਂ ਵੋਟ ਪਾਈ ਆ ਵੀ ਆਹ ਜਿਹੜੀ ਗੱਲਾਂ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਆ ਵੀ ਅਸੀਂ ਇਸ ਕਰਕੇ ਵੋਟ ਪਾਈ ਆ ਜਾਂ ਇਹ ਜਿਹੜੀ ਚੀਜ਼ਾਂ ਆ ਵੀ ਸਰਕਾਰ ਜਿਹੜੀ ਜਿਹਨੂੰ ਤੁਸੀਂ ਵੋਟ ਪਾਈ ਆ ਇਹ ਸਰਕਾਰ ਜਿਹੜੀ ਇਹ ਚੀਜ਼ਾਂ ਜ਼ਰੂਰ ਸਾਡੇ ਲਈ ਕਰੇਗੀ ਕਿਹੜੇ ਕਿਹੜੇ ਮੁੱਦੇ ਤੁਸੀਂ ਸੋਚਦੇ ਆ ਵੀ ਇਹ ਜਿਹੜੇ ਮੁੱਦੇ ਆ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਇਸ ਮੁੱਦਿਆਂ ਦੇ ਆਧਾਰ 'ਤੇ ਅਸੀਂ ਜਿਹੜੀ ਵੋਟ ਪਾਈ ਆ ਜੀ ਇਸ ਤੋਂ ਕਹਿੰਦੇ ਵੀ ਪਿੰਡਾਂ ਦਾ ਸ਼ਹਿਰਾਂ ਦਾ ਵਧੀਏ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਵਿਕਾਸ ਵਧੀਏ ਹੋਵੇ ਕਿਉਂਕਿ ਨੌਜਵਾਨ ਜਿਹੜੇ ਨਸ਼ਿਆਂ ਵੱਲ ਜਾਂਦੇ ਆ ਉਹ ਨਾ ਜਾਣ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਨਸਲ ਖਤਮ ਨਾ ਹੋਵੇ ਵਧੀਏ ਤਰੀਕੇ ਨਾਲ ਆਪਣੀ ਲਾਈਫ ਨੂੰ ਜੀਣ ਇਸ ਕਰਕੇ ਅਸੀਂ ਕਹਿੰਦੇ ਵੀ ਵਧੀਆ ਕੈਂਡੀਡੇਟ ਹੋਣਾ ਚਾਹੀਦਾ ਆ ਜਾਨੀ ਕਿ ਇਸ ਮੁੱਦਿਆਂ ਨੂੰ ਤੁਸੀਂ ਸੋਚ ਕੇ ਜਿਹੜੀ ਵੋਟ ਪਾਈ ਆ ਉਹ ਆਪਣੀ ਵੋਟ ਪਾਈ ਆ ਸੀ ਜੀ ਮਤਲਬ ਤੁਹਾਨੂੰ ਲੱਗਦਾ ਹਾਂਜੀ ਵੀ ਸਾਨੂੰ ਲੱਗਦਾ ਵੀ ਜਿਹਨੂੰ ਅਸੀਂ ਵੋਟ ਪਾਈ ਆ ਉਹ ਸਾਡਾ ਇਸ ਗੱਲਾਂ ਨਾਲ ਪੂਰਾ ਸਹਿਯੋਗ ਦੇਣਗੇ ਜੀ ਤੇ ਅੱਗੇ ਤੋਂ ਵੀ ਫਿਰ ਅਸੀਂ ਉਸ ਹਿਸਾਬ ਨਾਲ ਵੋਟ ਪਾਵਾਂਗੇ ਯਾਨੀ ਕਿ ਜਿਹਨੂੰ ਤੁਸੀਂ ਵੋਟ ਪਾਈ ਆ ਤੁਸੀਂ ਇਹ ਸੋਚ ਰਹੇ ਵੀ ਉਹ ਤੁਹਾਡੇ ਮੁੱਦਿਆਂ ਤੇ ਜਿਹੜਾ ਉਹ ਖਰਾ ਉਤਰੇਗਾ ਹਾਂਜੀ ਅਸੀਂ ਕਹਿੰਦੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਗੱਲਬਾਤ ਕਰਨ ਦੇ ਲਈ ਇਹ ਸਨ ਪਿੰਡ ਸਰੀ ਤੋਂ ਵੋਟਰ ਔਰ 5:30 ਦੇ ਲਾਗੇ ਸਾਗੇ ਸਮਾਂ ਹੋ ਗਿਆ ਜੀ ਔਰ ਨੀਅਰ ਅਬਾਊਟ ਇਹਨਾਂ ਨੇ ਦੱਸਿਆ ਜੀ ਕਿ 200 ਜਿਹੜੀ ਵੋਟ ਆ ਉਹ ਰਹਿ ਗਈ ਆ ਬਾਕੀ ਸਾਰੀ ਵੋਟ ਜਿਹੜੀ ਉਹ ਪੈ ਚੁੱਕੀ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਹ ਤੁਸੀਂ ਦੇਖ ਰਹੇ ਜੀ ਗਰਾਊਂਡ ਰਿਪੋਰਟ ਪਿੰਡ ਸਰੀ ਤੋਂ ਜੋ ਕਿ ਹਲਕਾ ਨਕੋਦਰ ਦਾ ਜਿਹੜਾ ਪਿੰਡ ਹੈ ਜੀ ਔਰ ਇਹ ਤੁਹਾਨੂੰ ਦੱਸ ਦਈਏ ਜੀ ਜਿਹੜਾ ਮੌਕੇ ਦੇ ਆਪਾਂ ਜਿਹੜੇ ਜਿਹੜੇ ਗੁਰਪ੍ਰਤਾਪ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਮੌਕੇ ਦੇ ਵਿਧਾਇਕ ਨੇ ਔਰ ਇਹ ਜਿਹੜਾ ਪਿੰਡ ਆ ਵਡਾਲਾ ਸਾਹਿਬ ਦਾ ਜੱਦੀ ਪਿੰਡ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ